ਚਲਾਵਾ ਕਰ ਰਹੀ ਆ ਜਦ ਮੇਰੇ ਜਿਹੜੇ ਕਾਨੂੰਨ ਆ ਉਹਦਾ ਰੱਦ ਕਰਨ ਤਿਆਰ ਨੇ। ਦੇਖੋ ਇਹ ਫੈਕਟ ਹੈ ਵੀ ਅੱਜ 18,000 ਕਰੋੜ ਰੁਪਇਆ ਕਿਸਾਨਾਂ ਦੇ 9 ਕਰੋੜ ਕਿਸਾਨਾਂ ਦੇ ਖਾਤੇ 'ਚ ਪਿਆ ਹੈ। 18,000 ਕਰੋੜ ਦੇ ਖਾਤੇ 'ਚ ਪੈ ਚੁੱਕਾ ਹੈ, ਉਹਨਾਂ ਦੇ ਬਟਨ ਦੱਬਿਆ ਫੈਕਟ ਦੇ ਖਾਤੇ ਚਲੇ ਗਿਆ। ਇਹਨੂੰ ਇਹ ਤਾਂ ਕੋਈ ਝੂਠ ਸਿਕਾਰ ਵਾਲੀ ਗੱਲ ਨਹੀਂ ਹੈ। ਕਿਸਾਨਾਂ ਦੀ ਜਿਹੜੀ ਸਮੱਸਿਆ ਹੈ ਉਹ ਮੈਂ ਪੰਜਾਬ ਤੋਂ ਹਾਂ, ਮੇਰਾ ਹੱਲ ਕਰਨਾ ਮੇਰੀ ਜ਼ਿਆਦਾ ਜ਼ੋਰ ਲੱਗ ਰਿਹਾ। ਕਿਸਾਨ ਲੀਡਰ ਰੋਜ਼ ਮੈਂ ਟੈਲੀਫੋਨ 'ਤੇ ਉਹਨਾਂ ਨਾਲ ਗੱਲ ਕਰਦਾ, ਮੇਰੇ ਨਾਲ ਉਹ ਟੈਲੀਫੋਨ 'ਤੇ ਗੱਲ ਕਰਦੇ ਆ, ਔਰ ਸਰਕਾਰ ਅਤੇ ਔਰ ਕਿਸਾਨਾਂ ਦੇ ਵਿਰੁੱਧ ਮੈਂ ਹੀ ਵਾਅਦੇ ਹੋਣਾ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਮੈਂ ਹੀ ਕਰਵਾ ਰਿਹਾ। ਲੇਕਿਨ ਕਿਸਾਨ ਕਿਉਂ ਨਹੀਂ ਖੁਸ਼ ਹੋ ਰਿਹਾ, ਕਿਸਾਨ ਕਿਉਂ ਨਹੀਂ ਆਪਣੇ ਪ੍ਰੋਟੈਸਟਿੰਗ ਤੋਂ ਹਟ ਰਿਹਾ? ਉਹ ਕਿਸਾਨਾਂ ਦੇ ਲੀਡਰਾਂ ਨੂੰ ਵੀ ਪਤਾ ਮੈਂ ਕਿੰਨੀ ਕੋਸ਼ਿਸ਼ ਕੀਤੀ ਆ, ਉਹ ਮੈਨੂੰ ਇਹਨਾਂ ਦਾ ਰੋਜ਼ ਹਾਸੋ ਕੀ ਗੱਲ ਕਰਦੇ ਆ, ਔਰ ਰੋਜ਼ ਕੀ ਕਰਨਾ ਅੱਗੇ ਕਿਵੇਂ ਕਰਨਾ, ਉਹਨਾਂ ਨਾਲ ਮਾਧਿਅਮ ਚੰਗੀ ਗੱਲਬਾਤ ਚੱਲ ਰਹੀ ਹੈ। ਮੈਂ ਅੱਜ ਦੱਸ ਨਹੀਂ ਸਕਦਾ ਕਿਸ ਲੈਵਲ 'ਤੇ ਗੱਲ ਕਰਦੇ ਆ। ਇੱਥੇ ਤਾਂ ਮਨਜੀਤ ਰਾਏ ਹੈ, ਮੇਰੇ ਨਾਲ ਰੋਜ਼ ਗੱਲ ਕਰਦੇ ਹਾਂ ਅਸੀਂ, ਕਾਮਰੇਡ ਹੈ ਉਹ ਵੀ ਰੋਜ਼ ਗੱਲ ਕਰਦੇ ਆ, ਇੱਥੇ ਦੇ ਸਾਡੀ ਉਹ ਵੀ ਰੋਜ਼ ਅਸੀਂ ਗੱਲ ਕਰਦੇ ਹਾਂ। ਕਿੱਥੇ ਵਜ੍ਹਾ ਲੱਗੀ ਫਿਰ ਗੱਲ ਖਤਮ ਨਹੀਂ ਹੋ ਪਾ ਰਹੀ? ਹੋਈ ਨਹੀਂ, ਬਹੁਤ ਜਲਦੀ ਹੋਈ, ਕੋਸ਼ਿਸ਼ ਕਰ ਰਹੇ ਸਰ। ਇੱਕ ਕੇਂਦਰ ਸਰਕਾਰ ਨੇ ਕਿਹਾ ਵੀ ਨਵੇਂ ਸਾਲ ਦੇ ਵਿੱਚ ਸ਼ਾਇਦ ਕਿਸਾਨਾਂ ਨੂੰ ਕੋਈ ਤੋਹਫਾ ਦਿੱਤਾ ਜਾਵੇਗਾ, ਕੀ ਤੋਹਫਾ ਹੈ ਕਿਸਾਨਾਂ ਕੋਲ ਜਿਹਦੇ ਕਿਸਾਨ ਦੀ ਪਾਸ ਹੋ ਜਾਵੇ? ਇਹ ਤਾਂ ਦੇਖੋ ਹੁਣ ਜਿਸ ਸਰਕਾਰ ਨੇ ਕੋਈ ਤੋਹਫਾ ਦੇਣਾ ਹੁਣ ਥੋੜ੍ਹਾ ਦੱਸ ਦੂੰਗਾ, ਉਹ ਤਾਂ ਜਦੋਂ ਕਰਨਗੇ ਉਦੋਂ ਪਤਾ ਲੱਗੂਗਾ। ਸਰ ਇੱਥੇ ਵੀ ਤਾਂ ਹੁਸ਼ਿਆਰਪੁਰ ਦਾ ਹੀ ਹੈ ਜੀ, ਬਹੁਤ ਜਲਦੀ ਸਾਡੀ ਮੈਂ ਇਹਨਾਂ ਦੇ ਨਾਲ ਕੋਸ਼ਿਸ਼ ਕਰਦਾ, ਰੋਜ਼ ਮੇਰੀ ਗੱਲਬਾਤ ਹੁੰਦੀ ਕਿਸਾਨ ਯੂਨੀਅਨ ਨਾਲ, ਸਰਕਾਰ ਦੇ ਨਾਲ ਵੀ ਹੁੰਦੀ ਹੈ, ਇਹਨਾਂ ਨਾਲ ਵੀ ਹੁੰਦੀ ਹੈ, ਇਕੱਠੇ ਉਠਾ ਕੇ ਜਲਦੀ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰਦਾ। ਅੱਜ ਕੇਂਦਰ ਸਰਕਾਰ ਨੇ 18,000 ਕਰੋੜ ਰੁਪਇਆ ਕਿਸਾਨਾਂ ਦੇ ਖਾਤੇ 'ਚ ਪਾਇਆ, ਤੁਹਾਨੂੰ ਲੱਗਦਾ ਨਹੀਂ ਵੀ ਇਸ ਤੋਂ ਮਸ ਜਿਹਾ ਸੀਗਾ ਕਿਸਾਨਾਂ ਨੂੰ ਸ਼ਾਂਤ ਕਰਾਇਆ ਜਾਂਦਾ, ਉਸ ਚੀਜ਼ ਨੂੰ ਪਹਿਲ ਕੀਤੀ ਜਾਂਦੀ? ਇਹ ਸਰਕਾਰ ਦੀ ਸਕੀਮ ਹੈ, ਹਰ ਵਾਰੀ ਦਿੰਦੇ ਆ, 2,000 ਦੀਆਂ ਕਿਸ਼ਤਾਂ ਦਿੰਦੇ ਨੇ, 3 ਕਿਸ਼ਤਾਂ ਦਿੰਦੇ ਆ, ਉਹਦੇ ਤਹਿਤ ਅੱਜ ਵੀ 18,000 ਕਰੋੜ ਪਾਇਆ, ਅੱਜ ਤਾਂ 1,40,000 ਕਰੋੜ ਹੁਣ ਤੱਕ ਪਾਇਆ ਜਾ ਚੁੱਕਾ ਹੈ। ਕੱਲ੍ਹ ਦਾ ਬਿੱਟੂ ਦਾ ਬਿਆਨ ਆ ਵੀ ਜਿਹੜਾ ਅੱਜ ਪੰਜਾਬ ਦੀ ਸਿਆਸਤ ਆ, ਦੇਸ਼ ਦੀ ਸਿਆਸਤ ਆ, ਉਹਨੂੰ ਕਿਤੇ ਬੀਜੇਪੀ ਨੇ ਖਰਾਬ ਕਰਤਾ, ਇੱਥੇ ਤੱਕ ਵੀ ਕਾਂਗਰਸ ਨੂੰ ਵੀ ਖਰਾਬ ਕਰਤਾ ਸਿਆਸੀ ਤੌਰ 'ਤੇ? ਬੀਜੇਪੀ ਦੀ ਕਾਂਗਰਸ ਤਾਂ ਉੱਤੇ ਖਤਮ ਹੋ ਰਹੀ, ਉਹਦਾ ਕੀ ਗੱਲ? ਕਿਤੇ ਬੀਜੇਪੀ ਅੱਗੇ ਹੋਵੇ, ਬਾਕੀ ਪਾਰਟੀਆਂ ਪਿੱਛੇ ਖੜੀ ਹੋਣਗੀਆਂ? ਆਪਣਾ ਬੱਚਾ ਯਾਰ, ਮੈਨੂੰ ਮੇਰਾ ਤਾਂ ਬਹੁਤ ਪਿਆਰ ਆ, ਉਹਨਾਂ ਦਾ ਕੋਈ ਗੱਲ ਨਹੀਂ, ਪਿਆਰ ਤਾਂ ਸਲਾਹ ਕਰ ਲੈਂਦੇ ਆ।